गुड मॉर्निंग गाइस, की हाल चाल है थोड़े सारे ना। अज हैगा सैटरडे, तो अज पूरे वीकेंड ते की मेरा प्लान हैगा, जो भी मैं करना हैगा वो अज रिकॉर्ड करांगे ते तुहानू दिखावांगे। सो चलो चलते हैं नामे हैं ते फिर चलते हैं कल। सो चलो हम ब्रश करन चल रहे हैं ते 5:30 हो गया। सो ब्रश हूँ कर लिया, तो हूँ आप नहाने तो मिलने थोड़ी देर तक नहा के हम वापस आ गया। तो हूँ आप चलते हैं मत्था टेकते हैं तो फिर आप रोटी बनावे। सवेर हो गई है तो हल्के हल्के बदल है गया, बट सूरज इधरों ही निकलता। सो आप इधर ही जल पावे। चाहता समान तो इतने गाइज दूजी नहीं आता, इतने इदा दुध मिलता है पैकेट के। सो आ यूज़ करना पैदा सू, तीन पैकेट आते हैं, एक बड़े पैकेट से तीन पैकेट होंगे। सो ये आप इसी साइड से रख देते हैं। सो गाइज रोटी दसो कि लगती भाई गोल, 4 साल चाह की रोटी बनानी कि नहीं। सो आ परौंठा है, ये है जी सिंपल रोटी। रोटियां अपनी बन चुकिया ने, तो चाह अपनी ऑलमोस्ट तैयार है। तो टाइम हो गया है 6:20, तो चलो छेती छेती चाह बनती है तो फिर मैं तुम्हें मिलता। चलो फिर हो गई तैयार, तो चलिए काम। सो गए 7:30 हो गए, तो 8 बजे तक अभी काम पर पहुँचना, तो चलो फिर चलते हैं। गाइस पहुंच गए आप काम पे। सो गाइस काम पे पहुंच चुके हैं आप, तो चलो हम चलते हैं। सो मिलते हैं चलो ब्रेक च। सो 1 बज चुके हैं गाइस, तो हल्के हल्के बदल हुए हैं, सवेर की धुप तो निकली नहीं, बस बदल जी ने। तो पेट्रोल कर रहे हैं आप अपनी।
ਤੇ ਘਰ ਤਾਂ ਜਾਵਾਂਗੇ ਹਜੇ ਤਾਂ ਪਿਆ ਹੈ ਟਾਈਮ ਘਰ ਜਾਣ ਲਈ। ਸੋ ਸਵੇਰ ਦੀ ਗੱਲ ਧੁੱਪ ਨਹੀਂ ਨਿਕਲੀ, ਹਲਕੀ ਹਲਕੀ ਧੁੱਪ ਨਿਕਲੀ ਸੀ ਬਟ ਹੁਣ ਬੱਦਲ ਆ ਗਏ ਆ। ਮੀਂਹ ਵੀ ਪਿਆ ਸੀ ਬਟ ਥੋੜ੍ਹਾ ਜਿਹਾ ਪਿਆ ਅਤੇ ਹੁਣ ਬੱਦਲ ਆ ਅਤੇ ਹਵਾ ਚੱਲਦੀ ਪਈ ਹਲਕੀ ਹਲਕੀ, ਪਰ ਠੰਡ ਨਹੀਂ ਹੈਗੀ ਇੰਨੀ ਅਤੇ ਨਾ ਹੀ ਜ਼ਿਆਦਾ ਗਰਮੀ ਆ, ਮੋਡਰੇਟ ਜਿਹਾ ਵੈਦਰ ਆ। ਉਹ ਸਾਹਮਣੇ ਸਕਾਈਲਾਈਨ ਟਾਵਰ ਆ ਅਤੇ ਪਤਾ ਨਹੀਂ ਤੁਹਾਨੂੰ ਦਿਖਦਾ ਹੋਊਗਾ ਕਿ ਨਹੀਂ, ਆਸਮਾਨ 'ਚ ਉਹ ਹੋ ਰਿਹਾ ਅਤੇ ਆ ਉਹ ਗਾਈਸ 5 ਵੱਜ ਚੁੱਕੇ ਨੇ ਅਤੇ ਸਵੇਰ ਨਾਲੋਂ ਹੁਣ ਮੌਸਮ ਜ਼ਿਆਦਾ ਵਧੀਆ ਹੈਗਾ, ਹੁਣ ਧੁੱਪ ਨਿਕਲ ਚੁੱਕੀ ਹੈ ਅਤੇ ਕਿਉਂਕਿ ਸਵੇਰੇ ਕਾਫੀ ਬੱਦਲ ਹੀ ਸੀਗੇ ਅਤੇ ਹੁਣ ਸਹੀ ਲੱਗ ਰਿਹਾ ਹੈਗਾ ਮੌਸਮ, ਵਧੀਆ ਘੁੰਮਣ ਵਾਲਾ ਮੌਸਮ ਹੈ ਬਿਲਕੁਲ ਸਮਰ ਟਾਈਮ। ਬਾਕੀ ਚਲੋ ਗਾਈਸ ਮੈਂ ਆਪਣੀ ਪੈਟਰੋਲ ਕੰਪਲੀਟ ਕਰਦਾ ਅਤੇ ਜਦ ਘਰ ਜਾਵਾਂਗੇ ਨਾ ਉਦੋਂ ਮਿਲਾਂਗੇ ਸ਼ਾਮੀ 8 ਵਜੇ ਅਤੇ ਉਦੋਂ ਬਣਾਵਾਂਗੇ ਬਾਕੀ ਵਲੌਗ। ਅਤੇ ਚਲੋ ਫਿਰ ਠੀਕ ਆ, ਮਿਲਦੇ ਹਾਂ ਥੋੜ੍ਹੀ ਦੇਰ ਤੱਕ, ਸੀ ਆ। ਸੋ ਗਾਈਸ ਹੋ ਗਈ ਹੈ ਛੁੱਟੀ ਕੰਮ ਤੋਂ, ਹੁਣ ਚੱਲੇ ਹਾਂ ਘਰ ਅਤੇ ਸੋ 7:45 ਹੋ ਗਏ ਗਾਈਸ ਅਤੇ ਮੇਰਾ ਰਿਲੀਜ਼ ਵੀ 7:45 'ਤੇ ਆ ਗਿਆ ਸੀ, ਉਹੀ ਟਾਈਮ ਜਿੰਨੇ ਵਜੇ ਮੈਂ ਆਇਆ ਸੀ ਸਵੇਰੇ ਉਹੀ ਟਾਈਮ ਆ ਗਿਆ। ਅਤੇ ਹੁਣ ਆਪਾਂ 15 ਕੁ ਮਿੰਟਾਂ 'ਚ 15-20 ਮਿੰਟਾਂ ਤੱਕ ਘਰ ਪਹੁੰਚ ਜਾਣਾ, ਡਿਪੈਂਡ ਕਰਦੇ ਟ੍ਰੈਫਿਕ 'ਤੇ। ਸੋ ਚਲੋ ਚੱਲਦੇ ਹਾਂ। ਗਾਈਸ ਫਾਈਨਲੀ ਪਹੁੰਚ ਗਏ ਆਪਾਂ ਘਰ ਅਤੇ ਆਪਾਂ ਇੰਨੀ ਤੇਜ਼ ਗੱਡੀ ਚਲਾਈ ਦੀ ਨਹੀਂ, ਨੋਰਮਲ ਸਪੀਡ ਨਾਲ ਚਲਾਈ ਦੀ ਆ, ਜਿਹਨੂੰ ਕਾਹਲੀ ਆਪਣਾ ਸਾਈਡ ਤੋਂ ਜਾ ਸਕਦਾ। ਸੋ ਬਟ ਸਹੀ ਹੈ, ਚਲੋ ਹੁਣ ਘਰ ਪਹੁੰਚ ਗਏ ਹਾਂ ਅਤੇ ਹੁਣ ਜਾ ਕੇ ਨਹਾਵਾਂਗੇ ਅਤੇ ਫਿਰ ਆਪਾਂ ਬਣਾਉਣੀ ਆ ਰੋਟੀ ਅਤੇ ਜੇ ਹੋਰ ਕੋਈ ਕੰਮ ਹੋਊਗਾ ਫਿਰ ਦੇਖਾਂਗੇ। ਅਤੇ ਚਲੋ ਫਿਰ ਮਿਲਦੇ ਹਾਂ ਥੋੜ੍ਹੀ ਦੇਰ ਤੱਕ ਆਪਾਂ ਗਾਈਸ। ਓਕੇ ਰੋਟੀ ਬਣ ਗਈ ਆ ਅਤੇ KGF ਦੇਖਣ ਲੱਗਿਆ Part 1 ਅਤੇ Part 2 ਦੇਖਾਂ, ਕਦੋਂ ਦੇਖਣਾ ਹੀ ਆ ਕਿ ਸ਼ਾਇਦ ਜਦ ਟਾਈਮ ਲੱਗੂਗਾ। ਸੋ ਰੋਟੀ ਖਾ ਕੇ ਗੱਲ ਕਰਦਾ ਮੈਂ ਤੁਹਾਡੇ ਨਾਲ ਅਤੇ ਸ਼ਾਇਦ ਗਰੋਸਰੀ ਲੈਣ ਜਾਣਾ ਪੈਣਾ, ਦੁੱਧ ਖਤਮ ਹੋ ਗਿਆ। ਸੋ ਰੋਟੀ ਖਾ ਕੇ ਦੇਖਦੇ ਹਾਂ ਕਿ ਜਾਵਾਂਗੇ ਫਰੈਸ਼ ਕੁੱਕਰ ਲਾ। ਸੋ ਚਲੋ ਮਿਲਦੇ ਹਾਂ ਥੋੜ੍ਹੀ ਦੇਰ ਤੱਕ। ਇਸ ਟਾਈਮ ਹੋ ਗਿਆ ਹੈਗਾ 9:08 ਅਤੇ ਫਰੈਸ਼ਕੋ ਜਾਣਾ ਸੀਗਾ ਅਤੇ ਫਰੈਸ਼ਕੋ ਜਿਹੜਾ ਸੈਂਟ ਕੈਥਰੀਨ 'ਚ ਹੈਗਾ ਇਹ 9 ਵਜੇ ਬੰਦ ਹੋ ਜਾਂਦਾ ਅਤੇ ਜਿਹੜਾ ਨਾਇਗਰਾ ਫੋਲਸ ਹੁੰਦਾ ਹੈਗਾ ਉਹ ਹੁੰਦਾ ਹੈਗਾ ਅਰਾਊਂਡ 10 ਕੁ ਵਜੇ। ਸੋ ਫਰੈਸ਼ਕੋ ਤਾਂ ਨਹੀਂ ਜਾ ਸਕਦੇ ਅਤੇ ਸੋਚਿਆ ਹੁਣ ਵਾਲਮਾਰਟ ਜਾਵਾਂਗੇ। ਸੋ ਵਾਲਮਾਰਟ ਜਾ ਕੇ ਆਪਾਂ ਦੁੱਧ ਵਗੈਰਾ ਲੈ ਕੇ ਆਵਾਂਗੇ। ਚਲੋ ਹੁਣ ਚੱਲਦੇ ਹਾਂ। ਸੋ ਗਾਈਸ ਵਾਲਮਾਰਟ ਪਹੁੰਚੇ, ਹੁਣ ਇੱਥੇ ਜਾ ਕੇ ਗਰੋਸਰੀ ਲਵਾਂਗੇ ਯਾਰ। ਸੋ ਆ ਦੇਖੋ ਗਾਈਸ ਵਾਲਮਾਰਟ 'ਚ ਵੀ ਤੁਹਾਨੂੰ ਲਾਈਕ ਇੰਡੀਅਨ ਜਿਹੜਾ ਸਮਾਨ ਹੁੰਦਾ ਉਹ ਮਿਲਣਾ, ਦੇਖੋ ਆ ਮਟਰੀਆਂ ਵਗੈਰਾ ਪਈਆਂ ਨੇ। ਆ ਸੋਨ ਪਾਪੜੀ ਪਈ ਆ। ਪਾਰਲੇ ਜੀ ਵੀ ਆ। ਸੋ ਗਾਈਸ ਸਮਾਨ ਲੈ ਲਿਆ ਹੈਗਾ ਸੋ ਰਾਊਂਡ 'ਤੇ। ਸੋ ਗਾਈਸ ਵਾਲਮਾਰਟ ਤੋਂ ਗਰੋਸਰੀ ਆਪਾਂ ਕਰ ਲਈ, ਚਲੋ ਹੁਣ ਆਪਾਂ ਚੱਲਦੇ ਹਾਂ ਘਰ।
ਪਹੁੰਚ ਗਿਆ ਘਰੇ ਤੇ ਆ ਰਿਹਾ ਆਪਣਾ ਸਮਾਨ ਤੇ ਚਲੋ ਹੁਣ ਦੇਖਦੇ ਹਾਂ ਕੀ ਕੰਮ ਕਰਨਾ ਆਪਾਂ ਤੇ ਬਸ ਹੁਣ ਦੇਖਦੇ ਹਾਂ ਥੋੜ੍ਹੀ ਦੇਰ ਤੱਕ ਸੋਵਾਂਗੇ ਅਤੇ ਬਸ ਨੀਂਦ ਆ ਜੂਗੀ ਸੋ ਆਈ ਹੋਪ ਤੁਹਾਨੂੰ ਅੱਜ ਦਾ ਵਲੋਗ ਵਧੀਆ ਲੱਗਿਆ ਹੋਊਗਾ ਜੇ ਵਧੀਆ ਲੱਗਿਆ ਹੋਇਆ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਦਿਓ ਐਂਡ ਥੈਂਕਸ ਫੋਰ ਵਾਚਿੰਗ ਸੋ ਮਿਲਦੇ ਹਾਂ ਨੈਕਸਟ ਵਲੋਗ ਹੈਵ ਅ ਗੁੱਡ ਨਾਈਟ ਸੀ ਯਾ